ਹੈਗੀ ਆ ਫਸਟ ਓਨਰ ਆ 90,000 ਰੁਪਏ ਆਸਕਿੰਗ ਆ ਇਹ 24 ਫਸਟ ਓਨਰ ਆਲ ਓਰੀਜਨਲ 70,000 ਵਿਦ ਰਿਕਾਰਡ ਚੱਲੀ ਆ ਇਹਦੀ ਆਸਕਿੰਗ 6,00,000 ਰੁਪਏ ਜੀ ਕੀ ਹਾਲ ਚਾਲ ਆ ਜੀ ਤੁਹਾਡਾ ਸਾਰਿਆਂ ਦਾ ਅੱਜ ਆਪਾਂ ਪਹੁੰਚਿਆ ਜੀ ਕਾਰ ਪੁਆਇੰਟ ਦੇ ਵਿੱਚ ਨਾਲ ਨੇ ਆਪਣੇ ਰੋਹਿਤ ਭਾਈ ਹੋਰ ਭਾਈ ਜੀ ਹਾਲ ਚਾਲ ਆ ਜੀ ਭਾਈ ਆਪਣਾ ਫੋਨ ਨੰਬਰ ਦੱਸ ਦਿਓ ਅਗਰ ਗੱਡੀਆਂ ਦਿਖਾ ਰਹੇ ਜਿਹੜੀਆਂ ਉਹਨਾਂ ਨੂੰ ਕੋਈ ਪਸੰਦ ਆਉਂਦੀ ਕਿਤੇ ਆ ਕੇ ਕੰਟੈਕਟ ਕਰਨ ਫੋਨ ਨੰਬਰ ਹੈ ਜੀ 9815014148 ਅਮਿਤ ਸ਼ਰਮਾ ਜੀ ਨੇ ਵੱਡੇ ਭਾਈ ਸਾਹਿਬ ਠੀਕ ਹੈ ਜੀ ਉਹਨਾਂ ਦਾ ਨੰਬਰ ਹੈ ਮੇਰਾ ਨੰਬਰ ਹੈ ਜੀ 9915200374 ਰੋਹਿਤ ਸ਼ਰਮਾ ਮੇਰਾ ਠੀਕ ਹੈ ਜੀ ਆਹ ਤੁਸੀਂ ਪਿੱਛੇ ਦੇਖ ਸਕਦੇ ਹੋ ਨਾ ਕਾਰ ਪੁਆਇੰਟ ਖੜੇ ਹੈ ਜੀ ਸਾਊਥ ਸਿਟੀ ਐਡਜੋਇਨਿੰਗ ਸ਼ਿਵਾਲਿਕ ਪੈਟਰੋਲ ਪੰਪ ਤੇ ਜੀ ਆਪਾਂ ਹੈ ਠੀਕ ਹੈ ਵੱਡੀ ਮਾਰਕੀਟ ਹੈ ਜੀ ਸਾਡੀ ਇੱਥੇ ਲੁਧਿਆਣੇ ਦੀ ਕਾਰ ਬਾਜ਼ਾਰ ਠੀਕ ਤੁਸੀਂ ਇੱਥੇ ਆ ਕੇ ਕੰਟੈਕਟ ਕਰ ਸਕਦੇ ਹੋ ਫਸਟ ਗੱਡੀ ਹੈਗੀ ਹੈ ਬਲੀਨੋ ਦੱਸਿਓ ਭਾਈ ਡਿਟੇਲ 2020 ਮਾਡਲ ਹੈ 2020 ਮਾਡਲ ਫਸਟ ਓਨਰ ਹੈ ਫਸਟ ਓਨਰ 24-25,000 ਚੱਲੀ ਹੈ ਸਾਰੀ ਇਹ ਠੀਕ ਹੈ ਜੀ ਤੇ ਇਹਦੀ ਲੈਸ ਡਰਾਈਵਨ ਗੱਡੀ ਹੋਣ ਵਾਲੀ ਆ ਤੇ ਡੀਜ਼ਲ ਪੈਟਰੋਲ ਪੈਟਰੋਲ ਕਾਰ ਆ ਜੀ ਫਸਟ ਓਨਰ ਹੈ ਠੀਕ ਹੈ 650 ਇਹਦੀ ਆਸਕਿੰਗ ਹੈ 650,000 ਦੀ ਆਸਕਿੰਗ ਆ ਬਾਕੀ ਮੌਕੇ ਤੇ ਹੋ ਜਾਗਦਾ ਉਹ ਤਾਂ ਹੋਏਗਾ ਜੀ ਹੋ ਜਾਊਗਾ ਜੀ ਨੈਗੋਸ਼ੀਏਬਲ ਆ ਸਾਰੇ ਹਾਂਜੀ ਫਿਰ ਆ ਜਾਂਦੇ ਜੀ ਮਾਈਕਰਾ ਮਾਈਕਰਾ 2016 ਮਾਡਲ 16 ਮਾਡਲ ਸੈਕਿੰਡ ਓਨਰ ਹੈ ਸੈਕਿੰਡ ਓਨਰ ਇਹਦੀ ਆਸਕਿੰਗ ਪ੍ਰਾਈਸ 350,000 ਹੈ ਜੀ 350,000 ਦੀ ਆਸਕਿੰਗ ਆ ਹਾਂਜੀ ਅਗੇਨ ਨੈਗੋਸ਼ੀਏਬਲ ਆ ਠੀਕ ਤੇ ਪੈਟਰੋਲ ਹੋਣ ਵਾਲੀ ਹੈ ਡੀਜ਼ਲ 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 ਗੱਡੀ ਹੈ ਵੈਗਨਰ 2015 ਮਾਡਲ 15 ਮਾਡਲ ਫਸਟ ਓਨਰ ਠੀਕ ਹੈ 350,000 ਰੁਪਏ ਆਸਕਿੰਗ 350,000 ਦੀ 66,000 ਚੱਲੀ ਹੈ 66,000 ਚੱਲੀ ਹੈ ਸਾਰੀ ਇਹ ਪੈਟਰੋਲ ਗੱਡੀ ਆਲਟੋ ਵਾਲੀ ਦੀ 2004 ਮਾਡਲ ਪਾਸਿੰਗ ਹੈਗੀ ਆ ਫਸਟ ਓਨਰ ਆ 90,000 ਰੁਪਏ ਆਸਕਿੰਗ ਇਹ 24 ਤੱਕ ਪਾਸ ਆ 24 ਤੱਕ ਠੀਕ ਹੈ ਪੈਟਰੋਲ ਗੱਡੀ ਓਨਰ ਫਸਟ ਫਸਟ ਡਿਮਾਂਡ ਹੋਣ ਵਾਲੀ ਆ 90,000 90,000 2016 ਮਾਡਲ ਆਈ ਸੀ 800 ਆ ਨਾ 800 ਠੀਕ ਹੈ ਓਨਰ ਫਸਟ ਸੈਕਿੰਡ ਓਨਰ ਹੈ ਸੈਕਿੰਡ ਓਨਰ 60,000 ਚੱਲੀ ਆ 60,000 ਚੱਲੀ ਆ ਸਾਰੀ ਇਹਦੀ ਆਸਕਿੰਗ ਹੈਗੀ ਆ 275,000 ਸੋਰੀ ਇਹ 47,000 ਚੱਲੀ ਆ 47,000 ਚੱਲੀ ਆ ਜੀ ਸੋਰੀ ਤੇ ਡਿਮਾਂਡ ਹੋਣ ਵਾਲੀ ਹੈ ਇਹਦੀ 275,000 275,000 ਸਿਟੀ ਆ ਜਾਂਦੀ ਆ ਜੀ ਦੱਸਿਓ ਜੀ 2009 ਮਾਡਲ ਫਸਟ ਓਨਰ 2009 ਮਾਡਲ ਆ ਪਹਿਲੇ ਨਾਮ ਦੀ ਗੱਡੀ ਆ ਫਸਟ ਓਨਰ 60,000 ਚੱਲੀ ਰਿਕਾਰਡ ਨਾ 60,000 ਵਿਦ ਰਿਕਾਰਡ ਚੱਲੀ ਆ ਹਾਂ 2.5 ਲੱਖ ਰੁਪਿਆ ਦੀ ਆਸਕਿੰਗ 2.5 ਲੱਖ ਦੀ ਆਸਕਿੰਗ ਬਾਕੀ ਮੌਕੇ ਤੇ ਡੀਜ਼ਲ ਹੋਣ ਵਾਲੀ ਹੈ ਪੈਟਰੋਲ ਹੁੰਦੀ ਹੈ ਪੈਟਰੋਲ ਕਾਰ ਹਾਂਜੀ ਸੈਕਿੰਡ ਓਨਰ 10 ਮਾਡਲ ਸੈਕਿੰਡ ਓਨਰ 2.5 ਲੱਖ ਰੁਪਿਆ ਆਸਕਿੰਗ 2.5 ਲੱਖ ਦੀ ਆਸਕਿੰਗ ਚੱਲੀ ਕਿੰਨੀ ਹੈ ਇਹ ਅਪਰੋਕਸ 90 ਤੱਕ ਦੀ 90,000 ਇਹ ਵੈਗਨਰ 2015 ਮਾਡਲ 2015 ਮਾਡਲ 36,000 ਵਿਦ ਰਿਕਾਰਡ ਚੱਲੀ ਆ ਆਲ ਓਰੀਜਨਲ ਹੈ ਠੀਕ ਹੈ 3,75,000 ਰੁਪਏ ਆਸਕਿੰਗ 3,75,000 ਦੀ ਆਸਕਿੰਗ ਆ ਬਾਕੀ ਮੌਕੇ ਤੇ ਹੋ ਸਕਦਾ ਮੌਕੇ ਤੇ ਓਨਰ ਫਸਟ ਫਸਟ ਓਨਰ ਆਲ ਨਿਊ ਇਤੇ ਵੀ ਕਲਮ ਵੀ ਨਹੀਂ ਲੱਗੀ ਇੱਥੇ ਗ੍ਰੈਂਡ i10 ਗ੍ਰੈਂਡ ਆ ਜਾਂਦੀ ਹੈ ਜੀ 2019 ਮਾਡਲ ਠੀਕ ਹੈ ਇਹਦੀ 4,75,000 ਰੁਪਏ ਆਸਕਿੰਗ ਆ 4,75,000 ਦੀ ਆਸਕਿੰਗ ਆ ਸੈਕਿੰਡ ਓਨਰ ਆ ਸੈਕਿੰਡ ਓਨਰ ਆ 45,000 ਵਿਦ ਰਿਕਾਰਡ ਚੱਲੀ ਆ ਠੀਕ ਹੈ ਜੀ ਸਵਿਫਟ 2014 ਮਾਡਲ ਡੀਜ਼ਲ 2014 ਡੀਜ਼ਲ ਡੀਜ਼ਲ VDI ਡੀਜ਼ਲ ਗੱਡੀ ਹੈ ਜੀ ਫਸਟ ਓਨਰ ਹੈ ਠੀਕ ਹੈ 4,40,000 ਰੁਪਏ ਡਿਮਾਂਡ 4,40,000 ਦੀ ਆਸਕਿੰਗ ਆ ਬਾਕੀ ਮੌਕੇ ਤੇ ਬਾਕੀ ਟੈਨ ਆ ਗਈ ਜੀ 2012 ਮਾਡਲ ਠੀਕ ਹੈ ਨਿਕਲੀ 13 ਦੀ ਆ ਠੀਕ ਇਹਦੀ 2.5 ਲੱਖ ਰੁਪਏ ਆਸਕਿੰਗ ਆ ਸੈਕਿੰਡ ਓਨਰ 2.5 ਲੱਖ ਦੀ ਆਸਕਿੰਗ ਆ ਸੈਕਿੰਡ ਓਨਰ ਸੈਕਿੰਡ ਓਨਰ ਦੂਸਰੇ ਨਾਮ ਦੀ ਗੱਡੀ ਹੈ ਇਹ ਡਿਜ਼ਾਇਰ ਆ ਜੀ ਆਟੋਮੈਟਿਕ ਪੈਟਰੋਲ ਆਟੋਮੈਟਿਕ ਪੈਟਰੋਲ 18 ਮਾਡਲ ਠੀਕ ਹੈ ਜੀ ਜਿਹੜੇ ਆਟੋਮੈਟਿਕ ਚਾਹੁੰਦੇ ਹੋ ਆ ਗੱਡੀ ਤੁਸੀਂ ਧਿਆਨ ਚ ਰੱਖ ਸਕਦੇ ਹੋ ਨੰਬਰ ਤੁਸੀਂ ਦੇਖ ਲਓ ਗੱਡੀ ਦਾ ਤੇ ਓਨਰ ਕਿੰਨਾ ਹੋਣ ਵਾਲਾ ਸਰ ਫਸਟ ਓਨਰ ਹੈ ਫਸਟ ਓਨਰ ਹੈ ਇਹਦੀ 6.5 ਲੱਖ ਰੁਪਏ 6.5 ਲੱਖ ਦੀ ਡਸਟਰ 2014 ਮਾਡਲ ਫਸਟ ਓਨਰ ਡਸਟਰ 2014 ਆ ਗਈ ਜੀ ਫਸਟ ਓਨਰ ਠੀਕ ਹੈ 4.25 ਲੱਖ ਰੁਪਏ 4.25 ਦੀ ਤੇ ਚੱਲੀ ਕਿੰਨੀ ਕਾ ਇਹ 80,000 ਦੀ 80,000 ਦੀ ਕਰੋਲਾ ਅਲਟਿਸ ਆਟੋਮੈਟਿਕ ਪੈਟਰੋਲ ਟੌਪ ਮਾਡਲ ਆ ਪੁਸ਼ ਬਟਨ ਸਟਾਰਟ ਵਾਲੀ 12 ਮਾਡਲ ਆ 4,00,000 ਰੁਪਏ ਆਸਕਿੰਗ 4,00,000 ਦੀ ਆਸਕਿੰਗ ਆ ਬਾਕੀ ਮੌਕੇ ਤੇ ਮੌਕੇ ਤੇ ਤੇ ਨਵੀਂ ਕਿੰਨੇ ਦੀ ਆ ਜਾਂਦੀ ਹੈ ਨਵੀਂ ਹੁਣ ਇਹ ਪੈਟਰੋਲ ਇਹ ਨਹੀਂ ਆ ਰਹੀ ਕਿ ਵੈਸੇ 20 ਲੱਖ ਤੋਂ ਪਲੱਸ ਸੀਗੀ ਜੀ 20 ਲੱਖ ਵਾਲੀ ਗੱਡੀ ਕਹਿ ਸਕਦੇ ਹਾਂ 4 ਦੇ ਵਿੱਚ ਅਵੇਲੇਬਲ ਆ ਹਾਂਜੀ ਫਿਰ ਆ ਜਾਂਦੀ ਹੈ ਜੀ ਹੋਂਡਾ ਸਿਟੀ ਹੋਂਡਾ ਸਿਟੀ 20 ਮਾਡਲ ਹੈ ਜੀ 2015 ਚੱਲੀ ਰਿਕਾਰਡ ਨਾਲ 58,000 ਹੈ ਸੈਕਿੰਡ ਓਨਰ ਆ
ਇਹਦੀ 575,000 ਰੁਪਏ ਆਸ ਕੀਮਤ ਸਿਰਫ 58,000 ਚੱਲੀ ਆ ਸਿਰਫ 58,000 ਵਿਦ ਰਿਕਾਰਡ ਓਨਰ ਕਿੰਨਾ ਸਰ ਸੈਕਿੰਡ ਓਨਰ ਸੈਕਿੰਡ ਓਨਰ ਤੇ ਆਸਕਿੰਗ ਹੋਣ ਵਾਲੀ ਇਹਦੀ 575,000 575 ਅਮੇਜ਼ ਇਹ 70,000 ਦੇ ਕਰੀਬ ਚੱਲੀ ਆ ਠੀਕ ਹੈ ਜੀ ਫਸਟ ਓਨਰ ਆ 2016 ਮਾਡਲ ਆ ਤੇ 4.5 ਲੱਖ ਰੁਪਏ 4.5 ਲੱਖ ਦੀ ਆਸਕਿੰਗ ਆ ਹਾਂਜੀ ਤੇ ਇਹ ਡੀਜ਼ਲ ਹੋਣ ਵਾਲੀ ਪੈਟਰੋਲ ਡੀਜ਼ਲ ਜੀ ਡੀਜ਼ਲ ਡੀਜ਼ਲ ਤੇ ਜਿਹੜੀ ਆਪਣਾ ਹੋਂਡਾ ਸਿਟੀ ਸੀ ਇਹ ਵੀ ਡੀਜ਼ਲ ਇਹ ਵੀ ਡੀਜ਼ਲ ਹੈ ਜੀ ਇਹ ਵੀ ਡੀਜ਼ਲ ਹੈ ਹਾਂਜੀ ਸਕਾਰਪੀਓ ਆ ਜਾਂਦੀ ਹੈ ਜੀ 2013 ਮਾਡਲ ਫਸਟ ਓਨਰ ਆਲ ਓਰੀਜਨਲ 70,000 ਵਿਦ ਰਿਕਾਰਡ ਚੱਲੀ ਆ ਠੀਕ ਹੈ ਇਹਦੀ ਆਸਕਿੰਗ 6 ਲੱਖ ਰੁਪਏ 6 ਲੱਖ ਦੀ ਆਸਕਿੰਗ ਆ ਬਾਕੀ ਮੌਕੇ ਤੇ ਹੋ ਸਕਦਾ ਮੌਕੇ ਤੇ ਹੋਇਆ ਕੱਢ ਲਈ ਚਾਹੀਦੀ ਹਾਂ ਹਾਂਜੀ एस क्रॉस 2019 मॉडल जेटा मॉडल है डीजल डीजल वर्जन है टॉप मॉडल है डीजल यदि आस्किंग 8.5 लाख रुपए लाख फर्स्ट ओनर 61,000 चली है डीजल है जी ब्रीजा 2021 मॉडल पेट्रोल VXI ऑप्शनल 39,000 रिकॉर्ड ना चली है 39,000 हाँ जी सर 39,000 आस्किंग है 8.5 लाख रुपये 8.5 लाख की डिमांड बाकी मौके पे बाकी मौके पे जी फर्स्ट ओनर फर्स्ट ओनर है जी उस तो बाद इको स्पोर्ट 2014 मॉडल सेकंड ओनर है यदि 4.25 लाख रुपया 4.25 लाख की इको स्पोर्ट हाँ जी ओनर कितना सेकंड सेकंड ओनर है चली कि 85 तकरीबन 80 के बीच आके कन्फर्म कर सकते हो आर्टिगा पेट्रोल CNG 2020 मॉडल निकली 21 दी मॉडल भी आ चली विद रिकॉर्ड 32,000 सिर्फ चली है हां 10 लाख रुपए दी आस्किंग 10 लाख दी आस्किंग है बाकी मौके पे बाकी मौके जो भी होगा मानदान हो गई है ना बिल्कुल इसी के साथ आज की मजदूरी यही खत्म करते हैं अगर तुम्हें वीडियो पसंद आई तो लाइक मारो यार और अगर तुम लोग नए हो तो सब्सक्राइब करो वो जो लाल वाला बटन है उस पर फूट फेंक के